इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। हाँ जी भी जी, सारे भी सत श्रीकाल जी। भी जी तुम कुछ नीली का भी एनिमल दिखावे जी, जिसे भी कुछ सेल हो, कुछ नहीं भी सेल हो, ठीक है जी। तो हूँ इन्ह बीज ने गलबात करेंगे तो की रिकॉर्ड है जी, कि लाइन बच्चों आ गए, ठीक है भी जी। तो की हूँ इन्होंने प्राइज पूछ कर सारा कुछ डिटेल पूछेंगे आप, ठीक है जी। हाँ जी भी जी, सत श्रीकाल जी। सत श्रीकाल भरा जी, सारे यूट्यूब तेरे चैनल देखने वाले सारे भरावों सत श्रीकाल। हाँ जी हाँ जी भी जी, पहले तो नाम दसो जी आपका जी। नाम मेरा गुरविंदर सिंह वीरे। ठीक है जी। हाँ जी, तो पिंड कहड़े जी? पिंड धन्ना जी, जिला फिरोजपुर। जिला फिरोजपुर, ठीक है। पिंड धन्ना जी का अपना वो बावर 1 ते 2 वाला। अच्छा ठीक ठीक है जी, ठीक है ठीक है। हाँ जी हाँ जी हाँ बिल्कुल। तो भी जी हूँ ये दसो अपने कहड़े कहड़े नीली का भी एनिमल सेल है जी? ਵੀਰੇ ਇੱਕ ਵੱਡੀ ਮਾਝੀ ਆਪਣੀ ਸੇਲ ਆਈ ਆ। ਅੱਛਾ, ਇੱਕੋ ਹੀ ਸੇਲ ਆ? ਹਾਂਜੀ ਆ ਸੇਲ। ਤੇ ਇਹਨਾਂ ਵਿੱਚ ਹੋਰ ਕੋਈ ਸੇਲ ਹੈ ਨਹੀਂ? ਨਹੀਂ, ਇਹਨਾਂ ਕੋਲ ਵਿੱਚੋਂ ਕੋਈ ਨਹੀਂ ਸੇਲ ਵੀਰੇ ਹੋਰ। ਠੀਕ ਠੀਕ ਹੈ ਜੀ, ਠੀਕ ਹੈ। ਚਲੋ ਇਹ ਹੁਣ ਇਸ ਟਾਈਮ ਗੱਬਣਾ ਵੀ ਜੀ, ਇਹ ਗੱਬਣਾ ਹੀ ਆ ਇਸ ਟਾਈਮ, ਇਹਦੇ 12-13 ਦਿਨ 15 ਹੀ ਲਾ ਲਓ ਸੂਨ ਚ ਰਹਿੰਦੇ। ਅੱਛਾ 15-16 ਦਿਨ ਮੰਨ ਲੈ ਜਾਓ, ਇਹਨੇ ਲੈ ਜਾ ਟਾਈਮ ਲੈ ਜਾਊਗੀ। ਦਿਨ ਪੂਰੇ ਹੋਣ ਚ ਰਹਿੰਦੇ, ਉੱਤੇ ਲੈ ਜਾਓ ਵੱਖਰੀ। ਹਾਂਜੀ ਹਾਂ। ਤੇ ਵੀ ਜੀ ਕਿਰਮਾ ਸੂਆ ਸੁਣੀ ਜੀ ਫਿਰ ਅਰਗੇ? ਤੀਜਾ ਸੂਆ ਸੁਣੀ ਵੀਰੇ ਅੱਜ। ਤੀਜਾ ਸੂਆ ਸੁਣੀ ਆ? ਤੇ ਇਹ ਆਪਣੇ ਘਰ ਦੇ ਹੈ? ਇਹ ਆਪਣੇ ਘਰ ਦੀ ਮੱਝ। ਤੇ ਇਹਨੇ ਪਹਿਲਾਂ ਨੇ ਫਿਰ ਦੁੱਧ ਕਿੰਨਾ ਦਿੱਤਾ ਸੀ ਜੀ? ਇਹਨੇ ਦਿੱਤਾ ਜੀ ਇਹਨੇ 13 ਲੀਟਰ ਜੀ। 13 ਲੀਟਰ ਦਾ ਪਹਿਲੇ ਸੂਏ ਦਿੱਤਾ ਇਹਨੇ 15-16 ਲੀਟਰ, ਇਹ ਕੀ ਹੋ ਸਕਦਾ 18 ਵੀ ਦੇ ਦੇ। 18 ਦੂਜੇ ਸੂਏ ਨੇ 15-16 ਲੀਟਰ ਦੁੱਧ ਦਿੱਤਾ, ਇਹ ਕੀ 18 ਲੀਟਰ ਦੀ ਉਮੀਦ ਕਰਦੇ ਆ? ਇਹ ਬਾਬਰ 1 ਤੋਂ ਗੱਬ ਬਣਾਈ ਹੈ ਜੀ। ਅੱਛਾ, ਬਾਬਰ 1 ਤੋਂ ਗੱਬ ਆ। ਤੇ ਵੀ ਜੀ ਇਹ ਆਪ ਕਿਹੜੇ ਮਤਲਬ ਕੀ ਸਾਂ ਦਿੱਤੀ ਹੈ ਜੀ? ਆਪਣੇ ਵੀ ਕੀ ਉਹਦੇ ਨਾਲ ਇਹਦੇ ਨਾ ਵੀ ਲੈਣ ਹੀ ਤੁਰੀ ਆਉਂਦੀ, ਘਰੋਂ ਹੀ ਸੀ। ਅੱਛਾ, ਘਰੋਂ ਹੀ ਸੀ, ਕੋਈ ਚੰਗੇ ਰਿਕਾਰਡ ਦੀ? ਹਾਂ, ਆਪਾਂ ਬਾਈ ਦਰਸ਼ਨ ਦੇ ਸਾਂ ਤੋਂ ਕ੍ਰੋਸ ਕਰਾਉਣ ਲੱਗੇ ਮੱਝਾਂ ਐ ਗਾਂ ਦੀ। ਹਾਂਜੀ ਹਾਂ, ਚਲੋ ਬਰੀਡ ਬਣ ਗਈ। ਬਰੀਡ ਬਣ ਗਈ, ਠੀਕ ਠੀਕ ਹੈ। ਚਲੋ ਇਹਨਾਂ ਮਈਆਂ ਰਿਕਾਰਡ ਪੁੱਛਾਂਗੇ, ਚਲੋ ਵੇਚਣੇ ਨਹੀਂ ਵੇਚਣਾ ਪਰ ਰਿਕਾਰਡ ਜ਼ਰੂਰ ਪੁੱਛਾਂਗੇ। ਤੇ ਵੀ ਜੀ ਫਿਰ ਇਹਨੂੰ ਮੈਂ ਖੋਲੀ ਫਿਰ ਤੋਰੀਏ ਮਾੜਾ ਜਿਹਾ ਇਹਨੂੰ ਜੀ। ਤੇ ਕਿੰਨਾ ਟਾਈਮ ਲੈ ਜੂਗੀ? ਪੂਰਾ ਟਾਈਮ? ਪੂਰਾ ਟਾਈਮ ਲੈ ਜੂਗੀ 10-12 ਦਿਨ। 10-12 ਦਿਨ ਲੈ ਜੂ ਹੈ ਜੀ? ਉਹ ਚੋਈ ਜੂ ਬਿਲਕੁਲ ਓਕੇ ਜੀ। ਜਮਾ ਪੋਲੀ ਆ ਜੀ। ਚਲੋ ਹਜੇ ਤਾਂ ਮੱਝ ਕੱਚੀ ਰਹੇ। ਕੱਚੀ ਆ ਜੀ। ਹਾਂ, ਇਸੇ ਲਈ ਬੰਦ ਹੋ ਜੀ। ਤੇ ਇਹਦਾ ਕੋਈ ਮਗਰਲਾ ਬੱਚਾ ਕੋਈ ਹੈਗਾ ਜੀ? ਇਹਦੀ ਮਗਰਲੀ ਇੱਕ ਉਹ ਝੋਟੀ। ਅੱਛਾ, ਉਹ ਝੋਟੀ ਆ ਜੀ, ਪਹਿਲੇ ਸੂਏ ਦੀ? ਠੀਕ ਹੈ ਜੀ। ਹਾਂਜੀ, ਦੂਜੇ ਸੂਏ ਦਾ ਕੱਟਾ ਇਹਦਾ ਸੇਲ ਕਰਤਾ ਜੀ। ਠੀਕ ਹੈ ਜੀ, ਠੀਕ ਹੈ। ਤੇ ਚਲੋ ਹੁਣ ਇਹਦੇ ਬਾਰੇ ਆਪਾਂ ਗੱਲ ਕਰੀਏ। ਚਲੋ ਨਹੀਂ ਵੇਚਣੀ ਆਪਾਂ, ਇਹਦੇ ਮਨ ਬਣ ਹੀ ਜਾਂਦਾ ਜੀ, ਇਹ ਨਹੀਂ ਗੱਲ ਹੁੰਦੀ। ਇਹ ਬਾਬਰ 1 ਦਿੱਤੀ ਆ ਜੀ। ਅੱਛਾ, ਬਾਬਰ 1 ਦੀ ਆ? ਹਾਂਜੀ, ਬਾਬਰ 1 ਦਿੱਤੀ ਆ ਜੀ। ਤੇ ਇਹ ਕਿੰਨਵੇਂ ਸੂਏ ਵੀਰ ਜੀ ਇਹ? ਇਹਨੇ ਅੱਜ ਤੀਜੇ ਸੂਏ ਸੁਣਾ ਜੀ। ਤੀਜੇ ਸੂਏ ਸੁਣਾ? ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੇ ਇਹਦਾ ਪਹਿਲਾਂ ਦਾ ਕੀ ਰਿਕਾਰਡ ਸੀ ਜੀ? ਇਹਦਾ ਪਹਿਲਾਂ ਦਾ 12 ਲੀਟਰ ਰਿਕਾਰਡ ਸੀ ਜੀ। ਠੀਕ ਹੈ ਜੀ। ਦੂਜੇ ਸੂਏ 15, ਠੀਕ ਹੈ ਜੀ। ਇਹ ਦੇਖੋ ਜੀ, ਇਹ ਕਿਹੜਾ ਹੈ ਜੀ? ਇਸ ਟਾਈਮ ਗੱਬਣਾ ਜੀ। ਹਾਂ, ਇਸ ਟਾਈਮ ਮਹੀਨਾ ਰਹਿੰਦਾ ਜੀ। ਤੇ ਕਿਹੜੇ ਸਾਂ ਤੋਂ ਗੱਬਣਾ ਜੀ ਹੁਣ ਇਹ? ਇਹ ਹੈਗੀ ਸਰਕਾਰੀ ਪੁੱਲ ਤੋਂ ਜੀ। ਸਰਕਾਰੀ ਪੁੱਲ ਨਾਭੇ ਵਾਲੇ ਦਾ? ਆਪਣਾ ਨਾਭੇ ਵਾਲਾ ਦਾ? ਕੋਈ ਨਾਮ ਨਹੀਂ ਪੁੱਛਿਆ ਜੀ? ਨਾਰਾ ਕੇ ਨੋਰਾ? ਅੱਛਾ, ਨੋਵਾ ਦਾ ਹੋਊਗਾ? ਠੀਕ ਠੀਕ ਹਾਂਜੀ। ਬਾਬਰ ਵਾਂ ਦੇ ਵੈਸੇ ਵੈਸੇ ਕੁਆਲਿਟੀ ਬਹੁਤ ਸੁਣੀ ਆ, ਬੱਚੇ ਬਹੁਤ ਸੁਣੇ ਆਉਂਦੇ ਜੀ। ਤੇ ਵੀ ਜੀ ਫਿਰ ਇਹਨੂੰ ਵੀ ਖੋਲੇ ਚਲੋ ਆਪਾਂ ਇਹਨੂੰ ਜੀ। ਤੋਰ ਲਵਾਂ ਖੋਲੀ ਤੇ ਚੁਆਈ ਤੁਸੀਂ ਸਰਕਾਰੀ ਪਰ ਟੈਗ ਪਾਇਆ ਜੀ? ਇਹਦਾ ਟੀਕੇ ਦਾ ਜੀ। ਅੱਛਾ, ਟੀਕੇ ਦਾ? ਠੀਕ ਹੈ, ਇਹਦੇ ਪਹਿਲਾਂ ਟੀਕੇ ਹੀ ਭਰਾਉਣੇ ਆ ਜੀ ਬਾਬਰ। ਅੱਛਾ, ਤੇ ਇਹਦੇ ਬੱਚੇ ਜੀ? ਇਹਦੇ ਬੱਚੇ ਜੀ? ਇਹਦੇ ਬੱਚੇ ਇੱਕ ਹੋਰ ਜੀ ਝੋਟੀ, ਤੇ ਇੱਕ ਗੱਟਾ ਬਾਈ ਨੇ ਹੁਣ ਥੋੜੇ ਦਿਨ ਪਹਿਲਾਂ ਦਰਸ਼ਨ ਨੇ ਮਕਾਤਾ ਜੀ। ਅੱਛਾ, ਠੀਕ ਠੀਕ ਹੈ ਜੀ। ਗੱਟਾ ਹੀ ਜਿਹੜਾ ਜੀ ਮਗਰਲੀ ਐਤ ਕੀ ਕਰਾਂ ਵਾਲਾ? ਬਿਲਕੁਲ ਜੀ, ਬਿਲਕੁਲ। ਬਾਈ ਦਰਸ਼ਨ ਨੇ ਸੇਲ ਕਰਾਤਾ ਜੀ ਇਹਦਾ ਜੀ। ਠੀਕ ਹੈ, ਬਹੁਤ ਚੰਗੀ ਝੋਟੀ ਆ ਜੀ। ਭਲਾ ਤੁਸੀਂ ਤਲਵੰਡ ਕੋ ਆ ਕੇ ਬਹਿ ਕੇ ਥੱਲੇ ਚੋਲਿਓ ਲੈ ਨਹੀਂ? ਠੀਕ ਹੈ, ਨਹੀਂ ਦੇਖੀ ਜਾਂਦੇ ਜੀ ਵੈਸੇ ਬੱਚੇ, ਬੱਚੇ ਹੈ ਹੀ ਬਹੁਤ ਸੋਹਣੇ ਆਉਂਦੇ ਜੀ, ਬਾਕੀ ਚੰਗੇ ਰਿਕਾਰਡ ਦੇ ਆਉਂਦੇ ਜੀ। ਹਾਂਜੀ ਹਾਂਜੀ, ਸੀਲ ਹੱਦੋਂ ਜ਼ਿਆਦੇ ਆ ਜੀ ਇਹ। ਸਰੇ ਨਹੀਂ ਗਾ ਜੀ ਕੋਈ, ਇਹ ਬਾਕੀ ਸਿੰਗ ਦੀ ਕੁਆਲਿਟੀ ਬਹੁਤ ਸੋਹਣੀ ਆਉਂਦੀ ਹੈ ਜੀ, ਬਹੁਤ ਕੁਆਲਿਟੀ ਹੈ ਜੀ। ਬਿਲਕੁਲ ਜੀ, ਬਿਲਕੁਲ। ਤੇ ਵੀ ਜੀ ਆਹ ਕਿਹੜੇ ਸਾਂ ਦੀ ਹੈ ਜੀ ਇਹ? ਇਹ ਆ ਗਈ ਵੀਰੇ ਨੀਲਾ ਸਾਂ ਵੱਜਦਾ ਵੀ, ਕੋਈ ਸਰਕਾਰੀ ਸਾਂ ਆ। ਠੀਕ ਹੈ ਜੀ। ਹਾਂਜੀ ਹਾਂਜੀ, ਤੇ ਇਹਦੀ ਆਪਣੀ ਮਦਰ ਹੈਗੀ ਕੋਲੇ? ਦੇ ਇਹ ਮਦਰ ਆਪਣੀ ਇਹਦੇ ਆਉ ਹੈ ਜੀ, ਬਾਬਰ 1 ਦੀ। ਅੱਛਾ, ਬਾਬਰ 1 ਦੀ ਦਿੱਤੀ ਆ ਜੀ। ਇਹ ਪਹਿਲੇ ਸੂਏ ਦੀ ਹੋਣੀ ਫਿਰ? ਇਹ ਪਹਿਲੇ ਸੂਏ ਦੀ? ਪਹਿਲੇ ਸੂਏ ਦੀ। ਤੇ ਕਿੰਨੇ ਚਿਰ ਦੀ ਹੋ ਗਈ ਜੀ? ਇਹ ਵੀਰੇ ਤੂੰ ਲਾੜਾ ਹਿਸਾਬ ਹੋਣੇ ਹੁਣ, ਤੀਜੇ ਸੂਏ ਸੂ ਪੈਣਾ। ਠੀਕ ਹੈ ਜੀ, ਠੀਕ। ਹਾਂਜੀ, ਖੀਰੀ ਹੋਣੀ ਆ? ਇਹ ਖੀਰੀ? ਖੀਰੀ ਖੀਰੀ ਹੈ ਜੀ। ਠੀਕ ਠੀਕ ਹੈ, ਇਹ ਹੋਣੀ ਆ ਜੀ 24 ਮਹੀਨਿਆਂ ਦੀ। ਹਾਂਜੀ ਹਾਂ, ਮਹੀਨੇ ਕੁ ਬਾਅਦ ਆਪਣੀਆਂ ਮੱਝਾਂ ਮਾਣ ਮੁੰਨ। ਚੰਗਾ ਰਿਕਾਰਡ ਆ ਗਿਆ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਤੇ ਇਸ ਟਾਈਮ ਇਹ ਵੀ ਗੱਬਣਾ ਕਿ ਨਹੀਂ ਜੀ? ਨਹੀਂ, ਇਹ ਨਹੀਂ ਗੱਬਣ, ਕਰਾਈ ਨਹੀਂ ਇਹ, ਪਿੱਛੇ ਕਰਦੀ ਸੀ 12-13 ਪਰ ਪਤਾ ਸੇਲ ਨਹੀਂ ਹੈਗੇ ਜੀ। ਨਹੀਂ ਇਹ ਸੇਲ ਨਹੀਂ। ਤੇ ਵੀ ਜੀ ਫਿਰ ਇਹਨੂੰ ਖੋਲਿਆ ਫਿਰ ਮਾੜਾ ਜਿਹਾ, ਇਹਨੂੰ ਤੋਰੀਏ ਫਿਰ। ਓਏ ਭਾਈ, ਬਹੁਤ ਸੋਹਣੀ ਤੁਹਾਡੀ ਜੀ, ਇੱਕ ਮਿੰਟ ਖੜੀ ਕਰਿਆ ਜੀ ਮਾੜਾ ਜੀ।
ਥਣ ਤੇ ਹੋਣਾ ਵੇਖਣਾ ਜੀ, ਇਹਨੇ ਬਹੁਤ ਸੋਹਣਾ ਥਣ ਲੱਗਿਆ ਜੀ, ਨਹੀਂ ਬਹੁਤ ਸੋਹਣਾ ਰਿਜ਼ਲਟ ਹੈ ਜੀ, ਸਰਕਾਰੀ ਦਾ ਮਾੜਾ ਨੀਗਾ। ਠੀਕ ਹੈ, ਬੰਦ ਹੋ ਜੀ ਨੂੰ ਉੱਥੇ ਜੀ। ਠੀਕ ਬੰਦ ਹੋ ਜੀ, ਬੰਦ ਇੱਥੇ ਬੰਦ। ਤੇ ਜਿਹੜੀ ਆਹ ਝੋਟੀ ਉਹ ਆਪਣੀ ਮੈਂ ਜਿਹੜੀ ਵਿਕਾਊ ਕੀਤੀ ਹੈ, ਅੱਛਾ ਜੀ ਅੱਛਾ, ਤਾਂ ਕਰਕੇ ਥੋੜੀ ਇਹ ਕਮਜ਼ੋਰ ਜੀ ਆ। ਠੀਕ 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 ਹੈ, ਹਾਂ ਹੁਣ ਹੋ ਜੂਗੀ ਸਹੀ। ਠੀਕ ਹੈ ਜੀ, ਨਹੀਂ ਸੋਹਣੀ ਸੋਹਣੀ ਆ ਗਈ ਜੀ। ਇਹ ਵੀ ਸਰਕਾਰੀ ਕਿਸੇ ਟੀਕੇ ਦੀ ਹੋਣੀ ਜੀ? ਇਹ ਵੀ ਸਰਕਾਰੀ ਦੀ ਆਈਡੀ। ਠੀਕ ਹੈ ਜੀ, ਐਤਕੀ ਬਾਬਰ ਮੰਨ ਤੋਂ ਫਿਰ ਆਪਾਂ। ਹਾਂ ਨਹੀਂ ਬਿਲਕੁਲ ਸਹੀ, ਬਿਲਕੁਲ ਸਹੀ ਗੱਲ ਹੈ ਜੀ। ਚਲੋ ਵੀਰ ਜੀ, ਫਿਰ ਇਹਨਾਂ ਦੇ ਮੁੱਲ ਕੀ ਕਰਦੇ ਤੁਸੀਂ ਜੀ? ਇਹਦਾ ਮੁੱਲ ਫੋਨ ਤੇ ਹੀ ਦੱਸ ਦਾਂਗੇ। ਨਹੀਂ ਨਹੀਂ, ਮੁੱਲ ਦਾ ਤੁਹਾਨੂੰ ਕਰਨਾ ਪੈਣਾ ਜੀ, ਮੁੱਲ ਜ਼ਰੂਰ ਕਰੋ। ਕੋਈ ਪਤਾ ਗੱਲ ਕੀ ਆ, ਫਿਰ ਵੇਖੋ ਫੋਨ ਬਾਅਦ ਫਿਰ ਮੈਨੂੰ ਆਉਂਦੇ ਆ ਕਿ ਤੁਸੀਂ ਮੁੱਲ ਨਹੀਂ ਕਰਦੇ, ਮੁੱਲ ਤੁਸੀਂ ਆਪਦੇ ਸਾਨੂੰ ਜਿੰਨਾ ਮਰਜ਼ੀ ਕਰੋ। ਫੋਨ ਤੇ ਆਪਾਂ ਕਰ ਲਾਂਗੇ ਵੀ ਐਡਜਸਟਮੈਂਟ ਜੀ, ਸੌਖਾ ਹੋ ਜਾਂਦਾ ਜੀ। ਨਹੀਂ ਮੁੱਲ ਕਰਨਾ ਪੈਣਾ ਤੁਹਾਨੂੰ। ਮੁੱਲ ਵੀਰ ਜੀ ਇਹਦਾ 1.5 ਲੱਖ ਰੁਪਇਆ ਕਰਦੇ। ਅੱਛਾ, 1.5 ਲੱਖ ਮੁੱਲ ਕਰਦੇ ਆ। ਚਲੋ ਮੌਕੇ 'ਤੇ ਮਾਨ ਤਾਂ ਜ਼ਰੂਰ ਕਰੋਗੇ? ਹਾਂ ਨਹੀਂ ਨਹੀਂ ਠੀਕ ਹੈ ਜੀ, ਬਿਲਕੁਲ ਜੀ ਬਿਲਕੁਲ। ਪਤਾ ਗੱਲ ਕੀ ਜੀ, ਇਹਦੇ ਹੁਣ ਮੁੱਲ ਕਰ ਲਿਆ ਤੁਸੀਂ, ਭਲਾ 1.5 ਕੀਤਾ, ਭਲਾ 2 ਕੀਤਾ, ਭਲਾ 1 ਲੱਖ ਕੀਤਾ। ਠੀਕ ਹੈ, ਅਤੇ ਮੁੱਲ ਹੋ ਗਏ ਜੀ। ਆਪਾਂ ਮੁੱਲ ਨਹੀਂ ਕਰਦੇ ਅਤੇ ਫਿਰ ਅਗਰ ਕਮੈਂਟ ਆਉਂਦੇ, ਫਿਰ ਕੋਈ ਫੋਨ ਆਉਂਦੇ ਕਿ ਤੁਸੀਂ ਮੁੱਲ ਨਹੀਂ ਕਰਦੇ। ਠੀਕ ਹੈ ਜੀ, ਚਲੋ ਬਹੁਤ ਵਧੀਆ ਗੱਲ ਹੈ, ਤੁਸੀਂ ਮੁੱਲ ਕੀਤਾ। ਅਤੇ ਚਲੋ ਹੁਣ ਤੁਸੀਂ ਨੰਬਰ ਬੋਲੋ ਜੀ ਆਪਦਾ। ਨੰਬਰ 79 7 38। ਠੀਕ ਹੈ ਜੀ, 70 3 32। ਇੱਕ ਵਾਰੀ ਫਿਰ ਬੋਲ ਦਿਓ ਜੀ, 79 7 38। ਠੀਕ ਹੈ ਜੀ, 70 3 32। ਠੀਕ, ਨੰਬਰ ਤੁਸੀਂ ਯਾਰ ਹੁਣ ਹੀ ਰੱਖਿਆ ਜੀ, ਜੋ ਕਿਸੇ ਵੀਰ ਦਾ ਫੋਨ ਆਇਆ ਉਹਦੇ ਗੱਲਬਾਤ ਕਰ ਲਿਆ। ਠੀਕ ਹੈ ਜੀ, ਐਨੀਮਲ ਤੁਹਾਡੇ ਸਾਰੇ ਸੋਹਣੇ ਹੈ ਜੀ, ਬਾਕੀ ਸਾਰੇ ਟੋਪ ਕੁਆਲਿਟੀ ਵਧੀਆ ਜੀ। ਠੀਕ ਹੈ ਵੀਰ ਜੀ, ਹਾਂਜੀ ਚਲੋ ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। वीडियो को अपने दोस्तों के साथ जरूर शेयर कीजिएगा और इस वीडियो में कमेंट करके हमें लाजमी तौर पर बताइएगा कि आने वाले वक्त में आप किस तरह की वीडियोस देखना पसंद करते हैं। और अगर आपने अभी तक हमारा चैनल सब्सक्राइब नहीं किया तो फौरन सब्सक्राइब कीजिए, साथ ही बेल आइकॉन पर क्लिक करें ताकि मजीद आने वाली वीडियो जहां वक्तन फवक्तन आपके लिए इस चैनल पर अपलोड करते हैं वो आपको वक्त पर मिलती रहे और आप उनसे मुस्तफीद होते रहें। अगली वीडियो तक हमें दीजिए।